ਦੋਸਤੋ ਹਾਜ਼ਰ ਹੈ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗਡ ਉੱਤੇ ਮੇਰੀ ਅੱਜ ਦੀਸ ਵੀਡੀਓ ਰਿਪੋਰਟ ਵਿੱਚ ਮੈਂ ਗੱਲ ਕਰਨੀ ਹੈ ਗੁਨਾਹਗਾਰਾਂ ਨੂੰ ਪਨਾਹ ਦੇਣ ਵਾਲੇ, ਟਹਿਰ ਦੇਣ ਵਾਲੇ ਇੱਕ ਅਜਿਹੇ ਪਨਾਹਗਾਰ ਦੀ ਜਿਸ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅੱਜ ਤੋਂ 5 ਦਿਨ ਪਹਿਲਾਂ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਹੈ ਯੂਪੀ ਦੇ ਲਖਨਊ ਦਾ ਰਹਿਣ ਵਾਲਾ ਵਿਕਾਸ ਸਿੰਘ ਨਾਦਾ ਇਹ ਬਾਹੂਬਲੀ ਦਬੰਗ ਖੁਦ ਇੱਕ ਹਿਸਟਰੀ ਸ਼ੀਟਰ ਹੈ 1.5-2 ਦਰਜਨ ਦੇ ਆਸ-ਪਾਸ ਮੁਕੱਦਮੇ ਕ੍ਰਿਮੀਨਲ ਕੇਸਸ ਮਰਡਰ ਦੇ ਅਟੈਂਪਟ ਟੂ ਮਰਡਰ ਦੇ ਗੁੰਡਾ ਐਕਟ ਗੈਂਗਸਟਰ ਐਕ ਸ਼੍ਰੀ ਪ੍ਰਕਾਸ਼ ਸ਼ੁਕਲਾ ਵਰਗੇ ਗੈਂਗਸਟਰ ਦੇ ਨਾਲ ਕੁਝ ਕੇਸਾਂ ਦੇ ਵਿੱਚ ਨਾਮਜ਼ਦ ਰਿਹਾ ਹੈ ਲੇਕਿਨ ਅੱਜ ਦੀ ਇਸ ਰਿਪੋਰਟ ਨੂੰ ਵਿਕਾਸ ਸਿੰਘ ਉੱਤੇ ਆਧਾਰਿਤ ਰੱਖਣ ਦਾ ਇੱਕ ਵੱਡਾ ਕਾਰਨ ਤੇ ਸਬਬ ਹੈ ਦੇਸ਼ ਦੇ ਵਿੱਚ ਪੰਜਾਬ, ਚੰਡੀਗੜ੍ਹ, ਮਹਾਰਾਸ਼ਟਰ, ਨਾਂਦੇੜ ਵਰਗੇ ਸ਼ਹਿਰਾਂ ਦੇ ਵਿੱਚ ਕਈ ਹਾਈ ਪ੍ਰੋਫਾਈਲ ਟਾਰਗੇਟਡ ਕਿਲਿੰਗਸ ਤੇ ਸਭ ਤੋਂ ਵੱਡੀ ਮੋਹਾਲੀ ਦੇ ਇੰਟੈਲੀਜੈਂਸ ਜਿਹੜਾ ਹੈੱਡਕੁਆਰਟਰ ਪੰਜਾਬ ਪੁਲਿਸ ਦਾ ਹੈ ਉਸ ਉੱਤੇ ਹੋਏ ਆਰਪੀਜੀ ਯਾਨੀ ਰਾਕਟ ਲਾਂਚਰ ਦੇ ਹਮਲੇ ਦੇ ਗੁਨਾਹਗਾਰਾਂ ਨੂੰ ਦੇ ਸ਼ੂਟਰਸ ਨੂੰ ਪਨਾ ਦੇੰ ਦਾ ਕੰਮ ਲਗਾਤਾਰ ਵਿਕਾਸ ਸਿੰਘ ਪਿਛਲੇ ਕਈ ਸਾਲਾਂ ਤੋਂ ਕਰਦਾ ਰਿਹਾ ਕਈ ਮਹੀਨਿਆਂ ਤੋਂ ਜਾਂਚ ਏਜੰਸੀਆਂ ਦੀ ਦਿੱਲੀ ਪੁਲਿਸ ਦੀ ਤੇ तमाम ਉਹ ਏਜੰਸੀਆਂ ਜੋ ਕਿ ਲੌਨਸ ਬਿਸ਼ਨੋਈ ਜਾਂ ਰਵਿੰਦਰ ਰਿੰਦੇ ਵਰਗੇ ਗੈਂਗਸਟਰਾਂ ਦੇ ਮੋਡਿਊਲਸ ਦੇ ਪਿੱਛੇ ਲੱਗੀ ਹੋਈ ਸੀ ਕਈ ਲੋਕਾਂ ਦੀ ਧਾਰ ਪਕੜ ਕੀਤੀ ਗਈ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਦੌਰਾਨ ਇਹ ਗੱਲ ਬਾਤ ਉੱਪਰ ਕੇ ਸਾਹਮਣੇ ਆਈ ਕਿ ਇਹਨਾਂ तमाम ਮਹੀਨਾ ਦੌਰਾਨ ਇਹਨਾਂ ਕ੍ਰਾਈਮਨਲਸ ਨੂੰ ਜਦ ਤੱਕ ਇਹ ਭਗੌੜੇ ਸਨ ਮਨਾਦਨ ਦਾ ਹੈ ਇਹ ਵਿਕਾਸ ਸਿੰਘ ਲੇਕਿਨ ਕਈ ਮਹੀਨਿਆਂ ਤੱਕ ਇਸ ਵਿਕਾਸ ਸਿੰਘ ਤੇ ਉੱਤੇ ਹੱਥ ਨਹੀਂ ਪਾਇਆ ਜਾ ਸਕਿਆ ਆਖਿਰਕਾਰ ਵੀਤੇ ਹਫਤੇ ਜਾ ਕੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਉਹ ਵੀ ਜਦੋਂ ਦਬਾਅ ਇਸ ਲੈਵਲ ਤੇ ਪਹੁੰਚ ਚੁੱਕਾ ਸੀ ਉਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਕਰਦੀ ਹੈ ਕਈ ਖੁਲਾਸੇ ਅੱਜ ਆਪਾਂ ਉਹਨਾਂ ਖੁਲਾਸਿਆਂ ਦੀ ਵੀ ਗੱਲ ਕਰਾਂਗੇ ਲੇਕਿਨ ਇਹ ਕੇਸ ਇਸ ਵਾਸਤੇ ਵੀ ਮਹੱਤਵਪੂਰਨ ਹੈ ਕਿਉਂਕਿ ਹਰਵਿੰਦਰ ਸਿੰਘ ਰਿੰਦਾ ਅਤੇ ਲਾਰੈਂਸ ਬਿਸ਼ਨੋਈ ਦੇ ਕੁੱਟਾਂ ਦੇ ਵਿੱਚ ਜਿਹੜਾ ਇੱਕ ਤਾਲਮੇਲ ਬਣਿਆ ਜਿਸ ਦਾ ਆਪਾਂ ਪਹਿਲਾਂ ਵੀ ਕਈ ਮਰਤਬਾ ਜ਼ਿਕਰ ਕਰ ਚੁੱਕੇ ਹਾਂ ਜਦੋਂ-ਜਦੋਂ ਕੋਈ ਡਿਵੈਲਪਮੈਂਟ ਹੋਈ ਆਪਾਂ ਉਹ ਗੱਲਾਂ ਬਾਤਾਂ ਕੀਤੀਆਂ ਨੇ ਉਸ ਤਾਲਮੇਲ ਤੇ ਉਸ ਜਿਹੜੀ ਜੁਗਲਬੰਦੀ ਇਹਨਾਂ ਦੋਵਾਂ ਕ੍ਰਾਈਮਨਲਸ ਦੇ ਵਿੱਚ ਜਾਂ ਇਹਨਾਂ ਦੇ ਗੁਰਗਿਆ ਦੇ ਵਿੱਚ ਹੋਈ ਉਸ ਨੂੰ ਕਾਫੀ ਹੱਦ ਤੱਕ ਇੱਕ ਕਾਮਨ ਪਲੇਟਫਾਰਮ ਜਾਂ ਇੱਕ ਕਾਮਨ ਜਿਹੜਾ ਲਿੰਕ ਜੋੜਦਾ ਹੈ ਉਹ ਇਹੀ ਵਿਕਾਸ ਸਿੰਘ ਜੋੜਦਾ ਹੈ ਜਿਸ ਨੇ ਇਹਨਾਂ ਦੋਹਾਂ ਕ੍ਰਿਮੀਨਲਸ ਜਾਂ ਇਹਨਾਂ ਦੋਹਾਂ ਗੈਂਗਸਟਰਾਂ ਦੇ ਗੁਰਗਿਆਂ ਨੂੰ ਪਨਾ ਦਿੱਤੀ ਸੋ ਅੱਜ ਦੀ ਰਿਪੋਰਟ ਦੇ ਵਿੱਚ ਵਿਕਾਸ ਸਿੰਘ ਬਾਰੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰਦੇ ਆ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਖੁਲਾਸੇ ਕੀ ਕੀਤੇ ਨੇ ਐਨਆਈਏ ਨੇ ਐਸੇ 4 ਅਲੱਗ-ਅਲੱਗ ਕੇਸਸ ਆਈਡੈਂਟੀਫਾਈ ਕੀਤੇ ਨੇ ਜਿਸ ਦੇ ਜਿਹੜੀਆਂ ਵਾਰਦਾਤਾਂ ਗਰਮ ਤੋਂ ਬਾਅਦ ਅਪਰਾਧੀ ਤੇ ਕ੍ਰਿਮੀਨਲ ਵਿਕਾਸ ਸਿੰਘ ਕੋਲ ਆ ਕੇ ਰੁਕਦੇ ਨੇ ਸੋ ਇਹ ਚਾਰੋਂ ਦੇ ਚਾਰੋਂ ਕੇਸਸ ਬੜੇ ਮਹੱਤਵਪੂਰਨ ਹੈਗੇ ਨੇ ਲੇਕਿਨ ਇਹਨਾਂ ਚੋਂ ਸਭ ਤੋਂ ਇੰਪੋਰਟੈਂਟ ਕੇਸ ਹੈ ਮੋਹਾਲੀ ਦੇ ਇੰਟੈਲੀਜੈਂਸ ਹੈੱਡਕੁਆਟਰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਟਰ ਉੱਤੇ 9 ਮਈ 2022 ਨੂੰ ਹੋਇਆ RPG ਹਮਲਾ ਇੰਟੈਲੀਜੈਂਸ ਹੈੱਡਕੁਆਟਰ ਉੱਤੇ ਹੋਏ ਹਮਲੇ ਦੀ ਸ਼ੱਕ ਦੀ ਸੂਈ ਲਖਬੀਰ ਸਿੰਘ ਲੰਡਾ ਹਰੀਕੇ ਅਤੇ ਉਸ ਦੇ ਕ੍ਰਾਈਮਨਲਸ ਦੇ ਉੱਤੇ ਆ ਰਹੀ ਸੀ ਪਹਿਲਾ ਸਮਾਂ ਸੀ ਜਦੋਂ ਕਿ ਲੰਡਾ ਹਰੀਕੇ ਦਾ ਨਾਂ ਕਿਸੇ ਨੇ ਸੁਣਿਆ ਸੀ ਲੇਕਿਨ ਇਸ ਦੇ ਨਾਲ ਹੀ ਇਸ ਘਟਨਾ ਦੇ ਲਿੰਕ ਤੇ ਤਾਰ ਜਿਹੜੇ ਸੀ ਉਹ ਹਰਵਿੰਦਰ ਸਿੰਘ ਰਿੰਦਾ ਸੰਧੂ ਦੇ ਨਾਲ ਵੀ ਜੁੜਦੇ ਹੋਏ ਨਜ਼ਰ ਆ ਰਹੇ ਸਨ ਲੇਕਿਨ ਦਿੱਲੀ ਪੁਲਿਸ ਵੱਲੋਂ ਇੱਕ ਜਿਹੜਾ ਸਪੈਸ਼ਲ ਨੋਟ ਕੁਝ ਦਿਨਾਂ ਬਾਅਦ ਪੰਜਾਬ ਪੁਲਿਸ ਨੂੰ ਦਿੱਤਾ ਗਿਆ ਉਸ ਦੇ ਵਿੱਚ ਦੀਪਕ ਸੁਰਖਪੁਰ ਅਤੇ ਇੱਕ ਜੁਵੇਨਾਈਲ ਜਿਹੜਾ ਕਰਮਨਲ ਸੀ ਜਾਂ ਗੈਂਗਸਟਰ ਸੀ ਉਸ ਦਾ ਹੱਥ ਹੋਣ ਜਾਂ ਉਹਨਾਂ ਦੀ ਇਨਵੋਲਵਮੈਂਟ ਦਾ ਜ਼ਿਕਰ ਹੋਇਆ ਸੀ ਲੇਕਿਨ ਇਹ ਗੱਲਾਂ ਬਾਤਾਂ ਨੂੰ ਕਈ ਹਫ਼ਤਿਆਂ ਤੇ ਕਈ ਮਹੀਨਿਆਂ ਤੱਕ ਉਭਾਰਿਆ ਨਹੀਂ ਗਿਆ ਆਖਿਰ ਦੇ ਵਿੱਚ ਅਕਤੂਬਰ ਦੇ ਮਹੀਨੇ ਦੇ ਵਿੱਚ ਇਨਫੈਕਟ 9 ਮਈ ਦੇ ਇਸ ਇੰਟੈਲੀਜੈਂਸ ਹੈੱਡਕੁਆਟਰ ਦੇ ਹਮਲੇ ਤੋਂ ਬਾਅਦ ਦੀ ਵੱਡੀ ਵਾਰਦਾਤ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਸੀ ਜਿਸ ਤੋਂ ਬਾਅਦ ਪੂਰਾ ਦਾ ਪੂਰਾ ਫੋਕਸ ਤੇ ਧਿਆਨ ਉਸੇ ਇਨਵੈਸਟੀਗੇਸ਼ਨ ਦੇ ਵਿੱਚ ਚਲਾ ਗਿਆ ਲੇਕਿਨ ਇਸ ਸਭ ਚਾਰਾਜੋਈ ਕਰਨ ਦੌਰਾਨ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਆਖਿਰਕਾਰ ਅਰਸ਼ਦੀਪ ਸਿੰਘ ਤੇ ਦਿਵਯਾਂਸ਼ੂ ਨਾਤੇ ਇਸ ਜੁਵਨਾਈਲ ਤੱਕ ਪਹੁੰਚ ਜਾਂਦਾ ਹੈ ਜਾਮਨਗਰ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਹ ਉਹੀ ਸੀਕੁਐਂਸੀ ਜੋ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਦੀ ਤੇ ਕ੍ਰਿਮੀਨਲਸ ਦੀ ਧਰ ਪਕੜ ਦੇ ਤਹਿਤ ਜਾਰੀ ਸੀ ਦਿੱਲੀ ਪੁਲਿਸ ਨੇ ਕਈ ਕ੍ਰਿਮੀਨਲਸ ਗੈਂਗਸਟਰ ਫੜੇ ਲੌਰੈਂਸ ਬਿਸ਼ਟੋ ਦੇ ਕਈ ਜੜੇ ਗੁਰਗੇਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਲੇਕਿਨ ਜਾਮਨਗਰ ਤੋਂ ਅਰਸ਼ਦੀਪ ਸਿੰਘ ਦੀ ਜੋ ਕਿ ਕੁਰੂਖhetra ਦੇ ਇੱਕ IED ਦੇ ਕੇਸ ਦੇ ਵਿੱਚ ਵੌਂਟਡ ਸੀ ਤਰਨਤਾਰਨ ਦੇ ਵਿੱਚ ਕਪੜੇ ਵਪਾਰੀ ਦਾ ਕਤਲ ਕਾਂਡ ਉਸ ਦੇ ਨਾਲ ਵੀ ਉਸ ਦੀ ਗਤੀਵਿਧੀਆਂ ਜੁੜਦੀਆਂ ਸਨ ਸੋ ਅਰਸ਼ਦੀਪ ਸਿੰਘ ਅਤੇ ਦਿ ਕਾਬੂ ਕੀਤਾ ਹੁਣ ਇਹਨਾਂ ਦੋਹਾਂ ਦੀ ਜਾਮਨਗਰ ਤੋਂ ਹੋਈ ਗ੍ਰਿਫਤਾਰੀ ਤੋਂ ਬਾਅਦ ਦੀਪਕ ਸੁਰਖਪੁਰ ਦੀ ਪਾਲ ਪੁਲਿਸ ਨੂੰ ਕਾਫੀ ਸ਼ਿੱਦਤ ਦੇ ਨਾਲ ਸੀ ਕਿਉਂਕਿ ਦੀਪਕ ਸੁਰਖਪੁਰ ਉਹਨਾਂ ਦੋ ਹਮਲਾਵਰਾਂ ਵਿੱਚੋਂ ਇੱਕ ਸੀ ਦਿਵਯਾਂਸ਼ੂ ਦੇ ਨਾਲ ਜਿਨ੍ਹਾਂ ਨੇ ਰਾਕਟ ਲਾਂਚਰ ਨੂੰ ਖੁਦ ਚਲਾਇਆ ਸੀ ਤਿੰਨ ਲੋਕ ਮੋਟਰਸਾਈਕਲ ਉੱਤੇ ਬੈਠ ਕੇ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਹੈੱਡਕੁਆਰਟਰ ਦੀ ਬਿਲਡਿੰਗ ਦੇ ਬਾਹਰ ਜਾਂਦੇ ਨੇ ਤੀਸਰਾ ਸ਼ਖਸ ਅਜੇ ਤੱਕ ਪਛਾਣ ਉਸ ਦੀ ਨਹੀਂ ਹੋ ਪਾਈ ਹੈ ਕਿਉਂਕਿ ਆਪਸ ਦੇ ਵਿੱਚ ਜਿਹੜੇ ਮੋਡਿਊਲ ਸੀ ਉਹ ਇੱਕ ਸਲੀਪਰ ਸੈੱਲ ਦੀ ਤਰ੍ਹਾਂ ਕੰਮ ਕਰਦੇ ਸੀ ਸੋ ਦਿਵਯਾਂਸ਼ੂ ਅਤੇ ਦੀਪਕ ਸੁਰਪੂਰ ਨੇ ਹਮਲਾ ਕੀਤਾ ਦਿਵਯਾਂਸ਼ੂ ਫੜਿਆ ਜਾਂਦਾ ਹੈ ਲੇਕਿਨ ਦੀਪਕ ਸੁਰ ਜਿਹੜਾ ਸੁਖਪੂਰ ਹੈ ਉਹ ਕਈ ਮਹੀਨੇ ਤੱਕ ਭਗੌੜਾ ਰਹਿੰਦਾ ਹੈ ਅਖੀਰ ਦੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਇਸ ਸਾਲ ਯਾਨੀ ਕਿ ਜਨਵਰੀ 2000 ਤੇ ਦੇ ਦੌਰਾਨ ਦੀਪਕ ਸੁਰਪੁਰ ਨੂੰ ਭਾਰਤ ਅਤੇ ਨੇਪਾਲ ਦੇ ਬਾਰਡਰ ਤੋਂ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਦੋਵੇਂ ਜਿਹੜੇ ਮੁੱਖ ਹਮਲਾਵਰ ਸੰ ਆਰ ਪੀ ਜੀ ਹਮਲੇ ਦੇ ਉਹ ਗ੍ਰਿਫਤਾਰ ਹੋਿਆਂ ਨੂੰ ਕਈ ਮਹੀਨੇ ਹੋ ਚੁੱਕੇ ਸੀ ਤੇ ਇਹਨਾਂ ਦੀ ਕਸਟੋਡੀਅਲ ਇੰਟਰੋਗੇਸ਼ਨ ਤੋਂ ਬਾਅਦ ਪੁਲਿਸ ਨੂੰ ਚਾਹੇ ਉਹ ਐਨ ਆਈ ਐਸ ਸੀ ਚਾਹੇ ਉਸ ਤੋਂ ਪਹਿਲਾਂ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਉਹਨਾਂ ਨੂੰ ਇਸ ਚੀਜ਼ ਦੀ ਸਮਝ ਆ ਚੁੱਕੀ ਸੀ ਤੇ ਇਹਨਾਂ ਨੇ ਇੰਟਰੋਗੇਸ਼ਨ ਤੋਂ ਬਾਅਦ ਇਹ ਫੈਕਟ ਸਾਹਮਣੇ ਆ ਚੁੱਕੇ ਸਨ ਕਿ ਉੱਤਰ ਪ੍ਰਦੇਸ਼ ਦਾ ਇਹੀ ਬਾਹੂਬਲੀ ਵਿਕਾਸ ਸਿੰਘ ਜਿਹੜਾ ਹੈ ਉਸ ਨੇ ਇਹਨਾਂ ਨੂੰ ਪਣਾ ਦਿੱਤੀ ਲੇਕਿਨ ਉਸੀ ਲਗਾਓ ਕਿ ਪਿਛਲੇ ਸਾਲ ਅਕਤੂਬਰ ਤੋਂ ਇਸ ਸਾਲ ਜਨਵਰੀ ਤੋ ਵੀ ਕਈ ਮਹੀਨੇ ਯਾਨੀ ਕਿ 5-5 ਜਾਂ 10-10 ਮਹੀਨੇ ਬੀਤ ਜਾਣ ਤੋਂ ਬਾਅਦ ਹੀ ਵਿਕਾਸ ਸਿੰਘ ਉੱਤੇ ਹੁਣ NIA ਨੇ ਹੱਥ ਪਾਇਆ ਇਸ ਦੇਰੀ ਨੂੰ ਜੇ ਏਜੰਸੀਆਂ ਐਕਸਪਲੇਨ ਕਰਨ ਤਾਂ ਜ਼ਿਆਦਾ ਬੈਟਰ ਹੋਏਗਾ ਲੇਕਿਨ ਕੋਈ ਐਕਸਪਲੇਨੇਸ਼ਨ ਮੰਗਦਾ ਨਹੀਂ ਤੇ ਏਜੰਸੀਆਂ ਕਦੇ ਐਕਸਪਲੇਨੇਸ਼ਨ ਦੰਦੀਆਂ ਨਹੀਂ ਲੇਕਿਨ NIA ਨੇ ਜਿਹੜੀ ਖੁਲਾਸੇ ਕੀਤੇ ਨੇ ਵਿਕਾਸ ਦੇ ਸੰਦਰਭ ਵਿੱਚ ਉਹ ਇਸ ਰਾਕਟ ਲਾਂਚਰ ਹਮਲੇ ਤੋਂ ਵੀ ਅੱਗੇ ਜਾਣਦੇ ਨੇ ਹਰਵਿੰਦਰ ਸਿੰਘ ਰਿੰਦਾ ਸੰਧੂ ਅਤੇ ਲਾਰੈਂਸ ਬਿਸ਼ਨੋਈ ਦੇ ਗੈਂਗਸ ਦਾ ਆਪਸ ਦੇ ਵਿੱਚ ਗਠਜੋੜ ਕਦੋਂ ਤੇ ਕਿਵੇਂ ਸ਼ੁਰੂ ਹੋਇਆ ਇਸਦੀ ਕਾਫੀ ਹੱਦ ਤੱਕ ਇਨਸਾਈਟ ਸਾਨੂੰ ਇਸ ਵਿਕਰਜ ਸਿੰਘ ਨਾਦੇ ਕਾਮਨ ਲਿੰਕ ਦੇ ਜ਼ਰੀਏ ਮਿਲਦੀ ਹੈ ਤੇ ਐਨਆਈਏ ਦੀ ਇਨਵੈਸਟੀਗੇਸ਼ਨ ਵੀ ਇਸੇ ਵੱਲ ਇਸ਼ਾਰਾ ਕਰਦੀ ਹੈ ਅਨੇ ਹੀ ਨੇ ਜਿਹੜਾ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਖੁਲਾਸਾ ਇਸ ਵਿਕਾਸ ਸਿੰਘ ਦੇ ਸੰਦਰਭ ਵਿੱਚ ਕੀਤਾ ਹੈ ਉਹ ਇਹ ਹੈ ਕਿ ਇਸ ਜੁਵినਾਈਲ ਨੂੰ ਜੋ ਕਿ ਹੁਣ ਸ਼ਾਇਦ ਅਡਲਟ ਹੋ ਚੁੱਕਾ ਹੋਏਗਾ ਜਿਸ ਦਾ ਨਾਮ ਦਿਵਯਾਂਸ਼ੂ ਹੈ ਰਾਕਟ ਲਾਂਚਰ ਹਮਲਾ ਕਰਨ ਵਾਲਾ ਤੇ ਕਈ ਹੋਰ ਅਪਰਾਧ ਇੱਕ ਟਾਰਗੇਟਡ ਕਿਲਿੰਗਸ ਕਰਨ ਵਾਲਾ ਇਹ ਉਹ ਜਿਹੜਾ ਸ਼ਾਤਰ ਕ੍ਰਾਈਮਨਲ ਹੈ ਜੋ ਕਿ ਉਸ ਵਕਤ ਜਦੋਂ ਫੜਿਆ ਗਿਆ ਸੀ ਬੀਤੇ ਸਾਲ ਅਕਤੂਬਰ ਦੇ ਵਿੱਚ ਜੁਵినਾਈਲ ਸੀ ਇਸ ਨੂੰ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਨਾਲ ਕਨੈਕਟ ਕਰਨ ਵਾਲਾ ਸ਼ਖਸ ਇਹੀ ਵਿਕਾਸ ਸਿੰਘ ਸੀ ਨੰਬਰ 1 ਦੂਸਰਾ ਜਿਹੜਾ ਵੱਡਾ ਖੁਲਾਸਾ NIA ਦੇ ਜ਼ਰੀਏ ਹੋਇਆ ਹੈ ਜਾਂ NIA ਨੇ ਹੁਣ ਕੀਤਾ ਹੈ ਚਾਹੇ ਕੁਝ ਮਹੀਨਿਆਂ ਤੋਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਜਾਂ NIA ਨੂੰ ਪਤਾ ਹੋ ਸਕਦੀ ਕਿ ਇਹ ਗੱਲ ਹੈ ਲੇਕਿਨ ਖੁਲਾਸਾ ਹੁਣ ਹੋਇਆ ਹੈ ਜਦੋਂ ਸਾਰੀ ਚੀਜ਼ਾਂ ਦੀ ਤਸਦੀਕ ਹੋ ਗਈ NIA ਦੇ ਦਾਅਵੇ ਦੇ ਮੁਤਾਬਕ ਵਿੱਕੀ ਮਿੱਡੂ ਖੇੜਾ ਨੇ ਦੀਪਕ ਸੁਰਖਪੁਰ ਜਿਸ ਦਾ ਅਸਲ ਨਾਂ ਦੀਪਕ ਰੰਗਾ ਸੀ ਤੇ ਇਹ ਹਰਿਆਣਾ ਦੇ ਚੱਜਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਇਸ ਦੀਪਕ ਰੰਗੇ ਨੂੰ ਜੋ ਕਿ ਪਹਿਲਾਂ ਛੋਟੀਆਂ-ਮੋਟੀਆਂ ਲੁੱਟਾਂ-ਖੋਹਾਂ ਦੀਆਂ, ਮੋਬਾਈਲ ਸਨੇਚਿੰਗ ਵਗੈਰਾ ਦੇ ਕੇਸਾਂ ਦੇ ਵਿੱਚ ਇੱਕ ਕ੍ਰਾਈਮਨਲ ਸੀ, ਛੋਟੇ-ਮੋਟੇ ਲੈਵਲ ਦਾ ਅਪਰਾਧੀ ਸੀ, ਲੇਕਿਨ ਅਚਾਨਕ ਇਹ ਦੇਸ਼ ਦੇ ਅਜਿਹੇ ਹਿਟਮੈਨ ਦੇ ਵਿੱਚ ਤਬਦੀਲ ਹੋ ਗਿਆ ਜਿਸ ਨੂੰ ਇਸ ਰਾਤੇ ਪਾਣ ਵਾਲਾ ਹੋਰ ਕੋਈ ਨਹੀਂ ਬਲਕਿ ਲੌਰੈਂਸ ਬਿਸ਼ਨੋਈ ਤੇ ਹਰਵਿੰਦਰ ਰਿੰਦਾ, ਇਹ ਦੋਹੇ ਗੈਂਗਸਟਰ ਸਨ। ਸੋ ਵਿੱਕੀ ਮਿੱਡੂ ਖੇੜਾ ਨੇ ਦੀਪਕ ਸੁਰਖਪੁਰ ਜਾਂ ਦੀਪਕ ਰੰਗਾ ਜਿਸ ਨੂੰ ਵੀ ਕਿਹਾ ਜਾਂਦਾ ਹੈ, ਉਸ ਨੂੰ ਇੰਟਰੋਡਿਊਸ ਕਰਾਇਆ ਵਿਕਾਸ ਸਿੰਘ ਦੇ ਨਾਲ। ਸੋ ਵਿਕਾਸ ਸਿੰਘ ਨੇ दिव्यांशू ਨੂੰ ਲਾਰਸ ਬਿਸ਼ਨੋਈ ਦੇ ਗੈਂਗ ਨਾਲ ਕਨੈਕਟ ਕਰਾਇਆ ਤੇ ਵਿੱਕੀ ਮਿੱਡੂ ਖੇੜਾ ਨੇ ਦੀਪਕ ਸੁਰਖਪੁਰ ਨੂੰ ਵਿਕਾਸ ਸਿੰਘ ਦੇ ਨਾਲ ਮਿਲਵਾਇਆ ਸੀ ਜਿਸ ਤੋਂ ਬਾਅਦ ਇੱਕ ਬਹੁਤ ਹੀ ਖਤਰਨਾਕ ਮੋਡਿਊਲ ਤਿਆਰ ਹੋਇਆ ਜੋ ਕਿ ਇਹਨਾਂ ਦੋਵਾਂ ਦਾ ਇਹਨਾਂ ਦੋਵਾਂ ਦਾ ਡੈਡਲੀ ਡਿਊਓ ਸੀ ਵਿਕਾਸ ਸਿੰਘ ਅਤੇ ਵਿੱਕੀ ਮਿੱਡੂ ਖੇੜਾ ਦੇ ਜ਼ਰੀਏ ਕਨੈਕਟ ਹੋਏ ਦੀਪਕ ਸੁਰਖਪੁਰ ਅਤੇ ਦਿਵਿਆੰਸ਼ੂ ਦੇ ਇਸ ਡੈਡਲੀ ਡਿਊਓ ਨੂੰ ਲਾਰਸ ਬਿਸ਼ਨੋਈ ਨੇ ਖੜਾ ਹੀ ਤਿਆਰ ਹੀ ਆਪਣੇ ਇੱਕ ਖਾਸ ਮਕਸਦ ਲਈ ਕੀਤਾ ਸੀ ਤੇ ਉਹ ਮਕਸਦ ਸੀ ਸਲਮਾਨ ਖਾਨ ਨੂੰ ਮਾਰਨ ਦਾ सलमान खान ਨੂੰ ਮਾਰਨ ਲਈ ਲਾਰੈਂਸ ਬਿਸ਼ਨੋਈ ਪਿਛਲੇ ਕਈ ਸਾਲਾਂ ਤੋਂ ਕੋਸ਼ਿਸ਼ ਕਰਦਾ ਰਿਹਾ ਹੈ ਉਸਨੇ ਕਈ ਐਕਟਿਵ ਕੋਸ਼ਿਸ਼ਾਂ ਕੀਤੀਆਂ ਜਿਸ ਤਹਿਤ ਕੀ ਸੰਪਤ ਨੇਹਰਾ ਵਰਗੇ ਕਰਿਮੀਨਲਸ ਨੂੰ ਭੇਜਿਆ ਵੀ ਗਿਆ ਰੈਕੀਆਂ ਵੀ ਕਰਵਾਈਆਂ ਗਈਆਂ ਸੰਪਤ ਨੇਹਰਾ ਬੰਗਲੌਰ ਦੇ ਵਿੱਚ ਕਰਨਾਟਕਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਜਿੰਨੀਆਂ ਵੀ ਕੋਸ਼ਿਸ਼ਾਂ ਸਨ सलमान खान ਨੂੰ ਮਾਰਨ ਦੀਆਂ ਕਾਮਯਾਬ ਨਹੀਂ ਹੋ ਪਈਆਂ ਸੋ ਇੱਕ ਨਵਾਂ ਮੋਡਿਊਲ ਲਾਰੈਂਸ ਬਿਸ਼ਨੋਈ ਵੱਲੋਂ ਤਿਆਰ ਕੀਤਾ ਗਿਆ ਸੀ ਇਹ ਦੋਹਾਂ ਨੂੰ ਰਲਾ ਕੇ ਲੇਕਿਨ सलमान खान ਨੂੰ ਮਾਰਨ ਤੋਂ ਪਹਿਲਾਂ ਜਾਂ ਉਸ ਦੀ ਹਿੱਟ ਤੋਂ ਪਹਿਲਾਂ ਹੀ ਰਾਣਾ ਕੰਡੋਵਾਲੀਆ ਦੇ ਕਤਲ ਕਰਨ ਦੀ ਜਿਹੜੀ ਪਲੈਨਿੰਗ ਸੀ ਜਾਂ ਉਸ ਸਾਜ਼ਿਸ਼ ਦੇ ਵਿੱਚ ਇਸ ਮਾਡਿਊਲ ਨੂੰ ਵਰਤਣ ਦਾ ਜਿਹੜਾ ਇਰਾਦਾ ਸੀ ਉਹ ਜਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਅਗਸਤ 2021 ਦੇ ਵਿੱਚ ਸਾਲ ਦੇ ਵਿੱਚ ਗੋਲੀਆਂ ਚਲਾ ਕੇ ਜਿਹੜਾ ਮਾਡਿਊਲ ਉਸ ਐਗਜ਼ੀਕਿਊਸ਼ਨ ਨੂੰ ਅੰਜਾਮ ਦਿੰਦਾ ਹੈ ਉਸ ਦੇ ਵਿੱਚ ਇਹ ਦੋਵੇਂ ਕ੍ਰਿਮੀਨਲ ਦੱਸੇ ਜਾਂਦੇ ਨੇ ਦੀਪਕ ਸੁਰਖਪੂਰ ਤੇ ਦਿਵਿਆਂਸ਼ੂ ਰਿੰਕੂ ਸ਼ਾ ਇਹ ਲੋਗ ਰਾਣਾ ਕੰਡੋਵਾਲੀਆ ਦੇ ਕਤਲ ਦੇ ਵਿੱਚ ਵੀ ਇਨਵੋਲ ਦੱਸੇ ਜਾਂਦੇ ਨੇ ਤੇ ਇਹਨਾਂ ਨੂੰ ਪਨਾ ਇਹੀ ਵਿਕਾਸ ਸਿੰਘ ਦੰਦਾ ਸੋ ਵਿਕਾਸ ਸਿੰਘ ਜਿਸ ਨੇ ਕਿ ਇਸ ਮੋਡਿਊਲ ਨੂੰ ਤਿਆਰ ਕਰਨ ਦੇ ਵਿੱਚ ਵੀ ਇੱਕ ਅਹਿਮ ਭੂਮਿਕਾ ਨਿਭਾਈ ਸੀ ਉਸ ਨੇ ਇਨ੍ਹਾਂ ਹੀ ਗੁਰਗਿਆਂ ਨੂੰ ਖੁਦ ਕੋਲ ਲਖਨਊ ਦੇ ਵਿੱਚ ਜਾਂ ਉੱਤਰ ਪ੍ਰਦੇਸ਼ ਦੇ ਆਪਣੇ ਟਿਕਾਣਿਆਂ ਦੇ ਉੱਤੇ ਪਨਾਹ ਵੀ ਦਿੱਤੀ ਇਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਇਹੀ ਜਿਹੜਾ ਮੋਡਿਊਲ ਸੀ ਇਹ ਹਰਵਿੰਦਰ ਰਿੰਦਾ ਦੇ ਨਾਲ ਸੰਪਰਕ ਵਿੱਚ ਆਂਦਾ ਹੈ ਹੁਣ ਇੱਥੇ ਕਹਾਣੀ ਥੋੜੀ ਜਿਹੀ ਬਦਲਦੀ ਹੈ ਕਿਉਂਕਿ ਹਰਵਿੰਦਰ ਰਿੰਦਾ ਦੱਸਿਆ ਜਾਂਦਾ ਹੈ ਕਿ ਦਿਵਯਾਂਸ਼ੂ ਅਤੇ ਦੀਪਕ ਸੁਰਖਪੁਰ ਨੂੰ ਆਪਣੇ ਕਲਾਊਡ ਦੇ ਵਿੱਚ ਲੈ ਲੈਂਦਾ ਹੈ ਬੇਸ਼ੱਕ ਇਹ ਲੋਕ ਸਾਂਝੇ ਪੱਦਰ ਦੁੱਤੇ ਹਥਿਆਰਾਂ ਵਗੈਰਾ ਨੂੰ ਮੁਹਈਆ ਕਰਾਉਣ ਦਾ ਕੰਮ ਤਾਰੋ ਪਾਰ ਗਿਆਨੀ ਕਿ ਸਰਹੱਦੋਂ ਪਾਰ ਰਵਿੰਦਰ ਸਿੰਘ ਰਿੰਦਾ ਸੰਧੂ ਕਰਦਾ ਰਿਹਾ ਤੇ ਉਹਨਾਂ ਦੀ ਜਿਹੜੀ ਵਰਤੋਂ ਸੀ ਉਹਨਾਂ ਖਤਰਨਾਕ ਹਥਿਆਰਾਂ ਜਿਨ੍ਹਾਂ ਦੀ ਐਨੇ ਸਾਲਾਂ ਤੱਕ ਕਿਸੇ ਨੂੰ ਕੋਈ ਪਿੰੜਕ ਨਹੀਂ ਸੀ ਕਿ ਕਿਵੇਂ ਕਿਵੇਂ ਆਪਸ ਦੇ ਵਿੱਚ ਤਾਲਮੇਲ ਦੇ ਵਿੱਚ ਰਵਿੰਦਰ ਰਿੰਦਾ ਸੰਧੂ ਅਤੇ ਲਾਰੈਂਸ ਬਿਸ਼ਨੂਈ ਦਾ ਗੈਂਗ ਕੰਮ ਕਰਦੇ ਰਹੇ ਸੋ ਉਹ ਕਰਦੇ ਪਏ ਸੀ ਹਰਵਿੰਦਰ ਰਿੰਦਾ ਇਸ ਮਾਡਿਊਲ ਨੂੰ ਇਸਤੇਮਾਲ ਕਰਦਾ ਵਰਤਦਾ ਹੈ ਮਹਾਰਾਸ਼ਟਰ ਦੇ ਨਾਂਦੇੜ ਦੇ ਵਿੱਚ ਜਿਹੜਾ ਰੰਗਦਾਰੀਆਂ ਵਸੂਲਣ ਦਾ ਗੋਰਖ ਧੰਦਾ ਰਿੰਦੇ ਨੇ ਪਿਛਲੇ ਕਈ ਸਾਲਾਂ ਤੋਂ ਚਲਾ ਰੱਖਿਆ ਹੈ ਉਸੇ ਤਹਿਤ ਇੱਕ ਬਿਜ਼ਨਸਮੈਨ ਸੰਜੇ ਬਿਆਣੀ ਤੋਂ ਕਰੋੜਾ ਰੁਪਏ ਦੀ ਫਰौती ਮੰਗੀ ਜਾਂਦੀ ਹੈ ਜਦੋਂ ਇਹ ਫਰौती ਰੰਗਦਾਰੀ ਨਹੀਂ ਦਿੱਤੀ ਜਾਂਦੀ ਉਸ ਤੋਂ ਬਾਅਦ ਹਰਵਿੰਦਰ ਰਿੰਦੇ ਦੇ ਕਈ ਉੱਤੇ ਕਈ ਹਜ਼ਾਰ ਰੁਪਏ ਲੈ ਕੇ ਦੀਪਕ ਸੁਰਖਪੁਰ ਅਤੇ ਇਹੀ ਦਿਵਿਆਂਸ਼ੂ ਜਾਣਦੇ ਨੇ ਮੋਟਰਬਾਈਕ ਉੱਤੇ ਤੇ ਐਸਯੂਵੀ ਵਿੱਚੋਂ ਨਿਕਲੇ ਸੰਜੇ ਬਿਆਨ ਨੇ ਨੂੰ ਗੋਲੀਆਂ ਮਾਰ ਕੇ ਢੇਰ ਘਾਤਾ ਜਾਂਦਾ ਹੈ ਇਹ ਇੱਕ ਟਾਰਗੇਟਡ ਹਾਈ ਪ੍ਰੋਫਾਈਲ ਕਿਲਿੰਗ ਸੀ ਕੰਡਵਾਲੀਆ ਤੋਂ ਬਾਅਦ ਸੰਜੇ ਬਿਆਨੀ ਦੀ ਹੱਤਿਆ ਦੂਸਰੀ ਅਜਿਹੀ ਵੱਡੀ ਵਾਰਦਾਤ ਸੀ ਜੋ ਕਿ ਇਸੇ ਮੋਡਿਊਲ ਯਾਨੀ ਕਿ ਸੁਰਖਪੁਰ ਅਤੇ ਦਿਵਿਆਂਸ਼ੂ ਵੱਲੋਂ ਅੰਜਾਮ ਦਿੱਤੀ ਗਈ ਸੀ ਲੇਕਿਨ ਹੁਣ ਤੱਕ ਹਰਵਿੰਦਰ ਸਿੰਘ ਰਿੰਦੇ ਨੂੰ ਸਮਝ ਆ ਚੁੱਕਾ ਸੀ ਕਿ ਪੈਸੇ ਦੇ ਕੇ ਯਾਨੀ ਕਿ ਇੱਕ ਮਰਸਨਰੀ ਕਿਲਰ ਦੇ ਰੂਪ ਵਿੱਚ ਇਸ ਮੋਡਿਊਲ ਨੂੰ ਵਰਤਿਆ ਜਾ ਸਕਦਾ ਹੈ ਸੁਰਿੰਦੇਸ ਅੰਦੂ ਨੇ ਆਪਣੀ ਅਗਲੀ ਵੱਡੀ ਵਾਰਦਾਤ ਜੋ ਕਿ ਪੰਜਾਬ ਦੀ ਇੰਟੈਲੀਜੈਂਸ ਹੈੱਡਕੁਆਰਟਰ ਬਿਲਡਿੰਗ ਉੱਤੇ ਹਮਲਾ ਕੀਤਾ ਜਾਣਾ ਸੀ ਉਸ ਲਈ ਹਜ਼ਾਰਾਂ ਦੀ ਜੋ ਆਫਰ ਇਸ ਵੱਲੋਂ ਰਿੰਦੇ ਵੱਲੋਂ ਸੰਜੇ ਬਿਆਣੀ ਦੇ ਕਤਲ ਲਈ ਇਹਨਾਂ ਗੈਂਗਸਟਰ ਨੂੰ ਦਿੱਤੀ ਗਈ ਸੀ ਇਹਨਾਂ ਸ਼ੂਟਰਸ ਨੂੰ ਦਿੱਤੀ ਗਈ ਸੀ ਉਸ ਨੂੰ ਲੱਖਾਂ ਦੇ ਵਿੱਚ ਤਬਦੀਲ ਕਰਤਾ ਗਿਆ ਤੇ ਰਾਕਟ ਲਾਂਚਰ ਹਮਲੇ ਦੇ ਐਵਸ ਦੇ ਵਿੱਚ ਲੱਖਾਂ ਰੁਪਏ ਮਿਲਣ ਦੇ ਲਾਲਚ ਦੇ ਵਿੱਚ ਇਹਨਾਂ ਦੋਹਾਂ ਨੇ ਉਸ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਹੁਣ ਜਿਵੇਂ ਕਿ ਮੈਂ ਰਿਪੋਰਟ ਦੇ ਸ਼ੁਰੂਆਤ ਦੇ ਵਿੱਚ ਛੇੜ ਜ਼ਿਕਰ ਕੀਤਾ ਸੀ ਕਿ ਇੱਕ ਮੋਟਰਸਾਈਕਲ ਉੱਤੇ ਤਿੰਨ ਕ੍ਰਿਮੀਨਲ ਸਵਾਰ ਹੋ ਕੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਦੋ ਇਹ ਸੀ ਤੀਸਰੇ ਕ੍ਰਿਮੀਨਲ ਦਾ ਅਜੇ ਤੱਕ ਕਲੀਅਰ ਨਹੀਂ ਹੋ ਪਾਇਆ ਹੈ ਇਹ ਲੋਕ ਜਿੱਥੇ ਰਹਿੰਦੇ ਨੇ ਜਿੱਥੇ ਠਹਿਰ ਕੱਟਦੇ ਨੇ ਜਿਸ ਤਰੀਕੇ ਦੇ ਵੀ ਸੰਸਾਧਨਾਂ ਦੀ ਵਰਤੋਂ ਕਰਦੇ ਨੇ ਉਸ ਦੇ ਵਿੱਚ ਲੰਡੇ ਹਰੀਕੇ ਦਾ ਵੀ ਬਖੂਬੀ ਇਸਤੇਮਾਲ ਰਿੰਦੇ ਸੰਧੂ ਨੇ ਕੀਤਾ ਤੇ ਲਾਰੈਂਸ ਬਿਸ਼ਨੋਈ ਦੇ ਇਹਨਾਂ ਦੋ ਗੈਂਗਸਟਰਾਂ ਯਾਨੀ ਕਿ ਉਹਦੇ ਵੱਲੋਂ ਤਿਆਰ ਕੀਤੇ ਗਏ ਇਹ ਦੋ ਗੈਂਗਸਟਰ ਜੋ ਕਿ ਕਈ ਮਹੀਨਿਆਂ ਤੋਂ ਲਾਰੈਂਸ ਬਿਸ਼ਨੋਈ ਦੇ ਨਾਲ ਇਨ ਟੱਚ ਵੀ ਨਹੀਂ ਸਨ ਉਹਨਾਂ ਨੂੰ ਉਸਨੇ ਆਪਣੇ ਇਸ ਮਕਸਦ ਲਈ ਵਰਤਿਆ ਲੇਕਿਨ ਜਦੋਂ ਇੰਟੈਲੀਜੈਂਸ ਹੈੱਡਕੁਆਰਟਰ ਤੇ ਹਮਲਾ ਹੋ ਜਾਂਦਾ ਪੰਜਾਬ ਪੁਲਿਸ ਦਿੱਲੀ ਪੁਲਿਸ ਤੇ ਦੇਸ਼ ਦੀ ਏਜੰਸੀਆਂ ਨੂੰ ਕਾਫੀ ਸ਼ਿੱਦਤ ਦੇ ਨਾਲ ਇਹਨਾਂ ਦੀ ਪਾਲ ਰਹਿੰਦੀ ਹੈ ਸੋ ਆਉਣ ਵਾਲੇ ਕੁਝ ਮਹੀਨਿਆਂ ਦੇ ਦੌਰਾਨ ਜਿਸ ਦੌਰਾਨ ਸਿੱਧੂ ਮੂਸੇਵਾਲਾ ਦੇ ਕਤਲ ਦੀ ਤਫਤੀਸ਼ ਵੀ ਬਹੁਤ ਤੇਜ਼ੀ ਦੇ ਨਾਲ ਚੱਲ ਰਹੀ ਹੁੰਦੀ ਹੈ ਇਹਨਾਂ ਦੀ ਤਰ ਪਕੜ ਹੁੰਦੀ ਹੈ ਅਕਤੂਬਰ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ ਦਿਵਯਾਂਸ਼ੂ ਦੀ ਤੇ ਜਨਵਰੀ ਦੇ ਵਿੱਚ ਦੀਪਕ ਸੁਰਖਪੁਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਹਨਾਂ ਅਪਰਾਧੀਆਂ ਇਹਨਾਂ ਕ੍ਰਾਈਮਨਲਸ ਬਾਰੇ ਜਿਹੜੀ ਮੋਟੀ ਮੋਟੀ ਗੱਲਬਾਤ ਸਮਝ ਵਿੱਚ ਆਂਦੀ ਹੈ ਉਹ ਇਹੀ ਹੈ ਕਿ ਸਿਰਫ ਸਿਰਫ ਪੈਸੇ ਕਰਕੇ ਇਹ ਲੋਕ ਅਪਰਾਧ ਕਰਦੇ ਨੇ ਮਰਸਨਰੀ ਸਪਿਰਿਟ ਹੀ ਇਹਨਾਂ ਨੂੰ ਅੱਗੇ ਤੋਰਦੀ ਹੈ ਉਹੀ ਇਹਨਾਂ ਦਾ ਮੋਟੀਵੇਟਿੰਗ ਫੈਕਟਰ ਰਿਹਾ ਹੈ ਬਹੁਤ ਹੀ ਘੱਟ ਅੱਲੜ ਉਮਰ ਦੇ ਵਿੱਚ ਇਹਨਾਂ ਤੋਂ ਅਪਰਾਧ ਕਰਨ ਨੂੰ ਆਉਣ ਵਾਲੇ ਜਿਹੜੇ ਆਕਾ ਇਹਨਾਂ ਦੇ ਸਰਗਨਾ ਹੈਗੇ ਨੇ ਚਾਹੇ ਹਰਵਿੰਦਰ ਰਿੰਦਾ ਰਿਹਾ ਜਾਂ ਫਿਰ ਲਾਰੈਂਸ ਬਿਸ਼ਨੋਈਆ ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਚਾਹੇ ਤਾਂ ਵਿਰੋਧੀ ਕਿਸੇ ਖੇਮੇ ਦੇ ਮੈਂਬਰ ਨੂੰ ਟਾਰਗੇਟ ਕਰਨਾ ਸੀ ਰੰਗਦਾਰੀ ਨਾ ਦੇਣ ਵਾਲੇ ਕਿਸੇ ਬਿਜ਼ਨਸਮੈਨ ਨੂੰ ਗੋਲੀ ਮਰਵਾ ਉਹ ਸਾਰਿਆਂ ਵਰਦਾਤਾ ਦੇ ਵਿੱਚ ਇਹਨਾਂ ਨੂੰ ਬਹੁਤ ਹੀ ਸੌਕੇ ਤਰੀਕੇ ਦੇ ਨਾਲ ਇਹਨਾਂ ਦੇ ਜਿਹੜੇ ਸਰਗਨਾ ਹੈਗੇ ਨੇ ਉਹ ਵਰਤਨ ਵਿੱਚ ਕਾਮਯਾਬ ਰਹੇ ਲੇਕਿਨ ਜੇ ਆਪਾਂ ਇਹਨਾਂ ਦੇ ਵੱਡੇ ਲੀਡਰਾਂ ਦੀ ਗੱਲ ਵੀ ਖਾਲੀਏ ਮੈਂ ਲਾਰੈਂਸ ਬਿਸ਼ਨੋਈ ਦੀ ਗੱਲ ਕਰਾਂਗਾ ਜੋ ਕਿ ਹਾਲ ਹੀ ਵਿੱਚ ਕੁਝ ਇੰਟਰਵਿਊਆਂ ਦੇ ਵਿੱਚ ਆਪਣੀ ਦੇਸ਼ ਭਗਤ ਦੀ ਛਵੀ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਦਾ ਹੋਇਆ ਨਜ਼ਰ ਆਇਆ ਹੈ ਲੇਕਿਨ ਜੇ ਦੇਖਿਆ ਜਾਵੇ ਤਾਂ ਇਸ ਘਟੋਟ ਘਟ ਆ ਜਿਹੜਾ ਮੋਡਿਊਲ ਚੱਲਿਆ ਹੈ ਜਾਂ ਫਿਰ ਜਿਹੜਾ ਵਿਕਾਸ ਸਿੰਘ ਵਾਲਾ ਕੇਸ ਹੈ ਇੱਥੋਂ ਦਾ ਸਾਫ਼ ਇਹ ਹੁੰਦਾ ਕਿ ਇਹਨਾਂ ਨੂੰ ਵੀ ਵਰਤ ਲਿਆ ਗਿਆ ਹਰਵਿੰਦਰ ਰਿੰਦੇ ਨੇ ਭਾਰਤ ਵਿਰੋਧੀ ਗਤੀਵਿਧੀਆਂ ਲਈ ਲਾਰੈਂਸ ਬ ਤੇ ਉਸੇ ਦੇ ਗੈਂਗਸਟਰ ਨੂੰ ਵਰਤਿਆ ਫਿਰ ਚਾਹੇ ਉਹਨੇ ਕੁਝ ਹਜ਼ਾਰ ਦਿੱਤੇ ਜਾਂ ਕੁਝ ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਲੇਕਿਨ ਆਪਣੀ ਮਨਮਰਜ਼ੀ ਦੇ ਮੁਤਾਬਕ ਉਹਨਾਂ ਕ੍ਰਾਈਮਨਲਜ਼ ਨੂੰ ਜਿਨ੍ਹਾਂ ਨੂੰ ਉਹਦੀ ਗਰੂਮ ਲੋਰੈਂਸ ਬਿਸ਼ਨੋਈ ਦਾ ਗੈਂਗ ਕਰ ਰਾ ਪਿਆ ਸੀ ਉਸ ਨੂੰ ਵਰਤ ਕੇ ਉਹਨੇ ਆਪਣਾ ਕੰਮ ਕਢਵਾ ਲਿਆ ਤੋ ਲਾਰੈਂਸ ਬਿਸ਼ਨੋਈ ਦਾ ਨਾਂ ਵੀ ਅਜਨ NIA ਵੱਲੋਂ ਜਿਹੜੀ ਚਾਰਜੀਟ ਮਾਰਸ ਦੇ ਮਹੀਨੇ ਦੇ ਵਿੱਚ ਅਦਾਰ ਕੀਤੀ ਗਈ ਉਸ ਦੇ ਵਿੱਚ ਦਰਜ ਨਾ ਹੋਰ ਉਸੇ ਦੇ ਗੈਂਗਸਟਰਾਂ ਦੇ ਨਾਲ ਅਤਵਾਦੀਆਂ ਦੀ ਤੇ ਖਾਲਸਤਾਨੀਆਂ ਦੀ ਸੂਚੀ ਦੇ ਵਿੱਚ ਹੀ ਆਂਦਾ ਸੋ ਜਿਹੜੇ ਅਪਰਾਧ ਜਾਂ ਜਿਹੜੇ ਵੀ ਚਾਰजेस ਲਾਰੈਂਸ ਬਿਸ਼ਨੋਈ ਤੇ ਉਸ ਦੇ ਸਾਥੀਆਂ ਤੇ ਲੱਗੇ ਨੇ ਉਹ ਉਹੀ ਨੇ ਜੋ ਕਿਸੇ ਵੀ ਦੇਸ਼ ਵਿਰੋਧੀ ਅੰਸਰ ਦੇ ਖਿਲਾਫ ਕਿਸੇ ਵੀ ਟੈਰਰਿਸ ਦੇ ਖਿਲਾਫ ਲੱਗਦੇ ਨੇ ਸੋ ਇੱਕ ਪਾਸੇ ਤਾਂ ਲਾਰੈਂਸ ਬਿਸ਼ਨੋਈ ਹਾਲ ਹੀ ਦੀ ਕੁਝ ਦਿੱਤੀਆਂ ਗਈਆਂ ਆਪਣੀਆਂ ਇੰਟਰਵਿਊਜ਼ ਦੇ ਵਿੱਚ ਆਪਣੀ ਦੇਸ਼ ਭਗਤ ਹੋਣ ਦੀ ਛਵੀ ਨੂੰ ਦਿਖਾਉਂਦਾ ਹੋਇਆ ਉਸ ਦਾ ਇਜ਼ਹਾਰ ਕਰਦਾ ਹੋਇਆ ਨਜ਼ਰ ਹੈ ਲੇਕਿਨ ਦੂਸਰੇ ਪਾਸੇ ਐਨਆਈਏ ਦੀ ਚਾਰ ਸੀਟਾਂ ਕੁਝ ਹੋਰ ਬੋਲਦੀਆਂ ਪਈਆਂ ਨੇ ਸੋ ਬੜੀਆਂ ਕ੍ਰਿਟੀਕਲ ਫਾਲਟ ਲਾਈਨਸ ਨੇ ਲੇਕਿਨ ਇਥੇ ਕਮਿੰਗ ਬੈਕ ਟੂ ਦਾ ਮੇਨ ਪੁਆਇੰਟ ਆਪਾਂ ਵਿਕਾਸ ਸਿੰਘ ਤੇ ਦੁਬਾਰਾ ਆਈਏ ਸੋ ਇਹ ਜਿਹੜਾ ਮੋਡਿਊਲ ਸੀ ਦੀਪਕ ਸੁਰਖਪੁਰ ਵਾਲਾ ਤੇ ਦਿਵਿਆਂਸ਼ੂ ਵਾਲਾ ਇਸ ਨੂੰ ਤਾਂ ਪਨਾਹਾ ਅਲੱਗ-ਅਲੱਗ ਸਮੇਂ ਤੇ ਵਿਕਾਸ ਸਿੰਘ ਨੇ ਦਿੱਤੀਆਂ ਹੀ ਜਿਸ ਦੇ ਕਾਰਨ ਅੱਜ ਉਹ ਐਨਆਈਏ ਦੇ ਰਡਾਰ ਤੇ ਨਹੀਂ ਬਲਕਿ ਹੁਣ ਤਾਂ ਉਹਨੂੰ ਗ੍ਰਿਫਤਾਰ ਕਰਕੇ ਨਾਮਜ਼ਦ ਵੀ ਕਰ ਲਿਆ ਗਿਆ ਹੈ ਲੇਕਿਨ ਇਸ ਤੋਂ ਇਲਾਵਾ 1 ਦਸੰਬਰ 2019 ਦੇ ਵਿੱਚ ਮਰਡਰ ਹੋਇਆ ਸੀ ਚੰਡੀਗੜ੍ਹ ਦੇ ਸੈਕਟਰ 15 ਦੇ ਵਿੱਚ ਇਸ ਨੂੰ ਡਬਲ ਮਰਡਰ ਕਿਹਾ ਗਿਆ ਸੀ ਵਿਨੀਤ ਤੇ ਅਜੇ ਸ਼ਰਮਾ ਨਾਂ ਦੇ ਦੋ ਸਟੂਡੈਂਟ ਸਨ ਇਨਫੈਕਟ ਵਿਦਿਆਰਥੀ ਰਾਜਨੀਤੀ ਦੇ ਵਿੱਚ ਐਕਟਿਵ ਸਨ ਇੱਕ ਐਸਡੀ ਕਾਲਜ ਦਾ ਸਟੂਡੈਂਟ ਸੀ ਤੇ ਦੂਸਰਾ ਚੰਡੀਗੜ੍ਹ ਦੇ ਗਵਰਨਮੈਂਟ ਕਾਲਜ ਦਾ ਸੋ ਇਹ ਦੋਵਾਂ ਦੀ ਹੱਤਿਆ ਕਰਤੀ ਗਈ ਸੀ ਆਪਸ ਦੇ ਵਿੱਚ ਝਗੜਾ ਚੱਲਦਾ ਸੀ ਅੰਕਿਤ ਨਰਵਾਲ ਤੇ ਇੱਕ ਅਜੇ ਨੈਨ ਨਾਂ ਦੇ ਮੁੰਡੇ ਦਾ ਅਜੇ ਨੈਨ ਨੇ ਕੁੱਟਮਾਰ ਕੀਤੀ ਸੀ ਤੇ ਉਸ ਤੋਂ ਬਦਲਾ ਲੈਣਾ ਚਾਹੁੰਦਾ ਸੀ ਅੰਕਿਤ ਨਰਵਾਲ ਆਪਣੇ ਕੁਝ ਸਾਥੀਆਂ ਦੇ ਨਾਲ ਜਾਂਦਾ ਹੈ ਤੇ 15 ਸੈਕਟਰ ਦੀ ਕੋਠੀ ਦੇ ਵਿੱਚ ਵੜ ਕੇ ਰਾਤ 10:30 ਵਜੇ ਅਜੇ ਜਿਹੜਾ ਨੈਨ ਹੈ ਉਹ ਤਾਂ ਮੌਕੇ ਤੋਂ ਨਿਕਲ ਚੁੱਕਾ ਸੀ ਲੇਕਿਨ ਦੋ ਜਿਹੜੇ ਮੁੰਡੇ ਸੀਗੇ ਵੀ ਨਹੀਂ ਤੇ ਅਜੇ ਇਹਨਾਂ ਨੂੰ ਗੋਲੀਆਂ ਮਾਰ ਕੇ ਮਾਰਤਾ ਹੈ ਡਬਲ ਮਰਡਰ ਸੀ ਇਹ 2019 ਦਾ ਇਸ ਕੇਸ ਦੇ ਵਿੱਚ ਵੀ ਇਲਜ਼ਾਮ ਲਾਰੈਂਸ ਬਿਸ਼ਨੋਈ ਅਤੇ ਰਾਜੂ ਬਸੋੜੀਆ ਗੈਂਗ ਉੱਤੇ ਆਏ ਸਨ ਲੇਕਿਨ ਉਸ ਤੋਂ ਬਾਅਦ 3-4 ਸਾਲ ਇਹ ਕੇਸ ਮੁਕੱਦਮਾ ਚੱਲਿਆ ਤੇ ਇਸੇ ਸਾਲ ਦੱਸਿਆ ਜਾਂਦਾ ਹੈ ਕਿ ਜਨਵਰੀ ਦੇ ਆਸ-ਪਾਸ ਹੀ ਇਸ ਕੇਸ ਦੇ ਵਿੱਚ ਜਿੰਨੇ ਵੀ ਮੁਲਜ਼ਮ ਸਨ ਉਹ ਸਾਰਿਆਂ ਨੂੰ ਬਰੀ ਕਰਤਾ ਗਿਆ ਉਹ ਦੱਸਿਆ ਜਾਂਦਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਜਿਹੜੇ ਕ੍ਰਿਮੀਨਲ ਸਨ ਉਹ ਜਾ ਕੇ ਉੱਤਰ ਪ੍ਰਦੇਸ਼ ਦੇ ਵਿੱਚ ਇਸੇ ਵਿਕਾਸ ਸਿੰਘ ਕੋਲ ਰਹੇ ਸਨ ਸੋ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਕਰਨ ਤੋਂ ਬਾਅਦ ਅਜਿਹੇ ਅਪਰਾਧੀਆਂ ਦਾ ਇੱਕਮਾਤਰ ਠਿਕਾਣਾ ਵਿਕਾਸ ਸਿੰਘ ਹੀ ਹੋਇਆ ਕਰਦਾ ਸੀ ਜਿਸ ਕੋਲ ਜਾ ਕੇ ਇਹ ਲੋਕ ਰਹਿੰਦੇ ਸਨ ਕੁਝ ਹਫ਼ਤੇ ਮਹੀਨੇ ਪਹਿਲਾਂ ਵਿਕਾਸ ਸਿੰਘ ਦੀਆਂ ਕੁਝ ਅਜੇਹੀਆਂ ਤਸਵੀਰਾਂ ਵੀ ਪਬਲਿਕ ਡੋਮੇਨ ਦੇ ਵਿੱਚ ਇੱਕ ਮਨ ਅਖਬਾਰਾਂ ਵਿੱਚ छਪੀਆਂ ਸਨ ਜਿਸ ਵਿੱਚ ਵਿਕਾਸ ਸਿੰਘ ਦੇ ਆਸ-ਪਾਸ ਕੁਝ ਕ੍ਰਿਮੀਨਲ ਐਲੀਮੈਂਟ ਜਿਨ੍ਹਾਂ ਵਿੱਚੋਂ ਇੱਕ ਦੀਪਕ ਪੰਡਤ ਨਾਂ ਦਾ ਉਹ ਗੈਂਗਸਟਰ ਜੋ ਕਿ ਸਿੱਧੂ ਮੂਸੇ ਦਾ ਕਤਲ ਕੇਸ ਦੇ ਵਿੱਚ ਵੀ ਨਾਮਜ਼ਦ ਹੈ ਲਾਰੈਂਸ ਬਿਸ਼नोई 골ਡੀ ਬਰਾੜ ਦਾ ਹੀ ਉਹ ਗੁਰਗਾ ਦੱਸਿਆ ਜਾਂਦਾ ਸੋ ਉਸ ਦੀਆਂ ਤਸਵੀਰਾਂ ਜਾਂ ਉਸ ਦੇ ਨਾਲ ਦੇ ਕੁਝ ਹੋਰ ਸਾਥੀਆਂ ਦੀਆਂ ਤਸਵੀਰਾਂ ਵਿਕਾਸ ਸਿੰਘ ਦੇ ਨਾਲ ਨਜ਼ਰ ਆਈਆਂ ਸੋ ਹੇਟਲੇ ਲੈਵਲ ਦੀ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦੇ ਵਿੱਚ ਵੀ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਕਰਨ ਵਾਲਾ ਇਹ ਵਿਕਾਸ ਸਿੰਘ ਹੁਣ NIA ਦੀ ਕੁੜੀਕੀ ਦੇ ਵਿੱਚ ਤਾਂ ਆ ਚੁੱਕਾ ਹੈ ਲੇਕਿਨ ਇਸ ਨੂੰ ਫੜਨ ਦੇ ਵਿੱਚ ਕਾਫੀ ਸਮਾਂ ਲੱਗਾ ਤੇ ਇਸ ਨੂੰ ਫੜਨ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਸਾਫ ਕਾਫੀ ਸਿਆਸੀ ਦਬਾਅ ਵੀ ਕੌਮੀ ਏਜੰਸੀ ਦੇ ਉੱਤੇ ਹੋਏਗਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇਹ ਸ਼ਖਸ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਸੋ ਇਸ ਤਰੀਕੇ ਦੇ ਲੋਕ ਜੋ ਕਿ ਰਾਜਨੀਤੀ ਦੇ ਵਿੱਚ ਨੇ ਤੇ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦੇ ਵਿੱਚ ਬਾਹੂਬਲੀਆਂ ਦਾ ਹਮੇਸ਼ਾ ਇੱਕ ਵਰਚਸ ਰਿਹਾ ਹੈ ਬੇਸ਼ੱਕ ਸੰਗਠਨਤਪਰਾਧ ਆਰਗੇਨਾਈਜ਼ਡ ਕ੍ਰਾਈਮ ਮਾਫੀਆ ਗੈਂਗਸਟਰਾਂ ਨੂੰ ਉੱਤਰ ਪ੍ਰਦੇਸ਼ ਚੋਂ ਖਤਮ ਕਰਤਾ ਗਿਆ ਲੇਕਿਨ ਇੱਕ ਨਵੀਂ ਬਰੀਡ ਤੇ ਪੌਦ ਉੱਥੇ ਤਿਆਰ ਹੋ ਚੁੱਕੀ ਹੈ ਜਿਹੇ ਲੀਡਰਾਂ ਦੀ ਜੋ ਕਿ ਹੋਰ ਗਵਾਂਢੀ ਰਾਜਾਂ ਪੰਜਾਬ ਹਰਿਆਣਾ ਵਰਗੇ ਰਾਜਾਂ ਦੇ ਜਿਹੜੇ ਗੁਰਗੇ ਕ੍ਰਿਮੀਨਲ ਗੈਂਗਸਟਰ ਨੇ ਉਹਨਾਂ ਨੂੰ ਪਾਲਦੇ ਨੇ ਪਨਾਹਾਂ ਦਿੰਦੇ ਨੇ ਠਹਿਰਾ ਮੁਹੱਈਆ ਕਰਾਉਂਦੇ ਨੇ ਜਿਵੇਂ ਇਸ ਕੇਸ ਦੇ ਵਿੱਚ ਵਿਕਾਸ ਸਿੰਘ ਮੁਹੱਈਆ ਕਰਵਾਉਂਦਾ ਰਿਹਾ ਸੋ ਅੱਜ ਦੀਸ ਰਿਪੋਰਟ ਨੂੰ ਮੈਂ ਇਹੀ ਸਾਰੀ ਗੱਲਾਂ ਬਾਤਾਂ ਤੇ ਇਸ ਕੰਟੈਕਸਟ ਦੇ ਵਿੱਚ ਹੀ ਤੁਹਾਡੇ ਸਾਹਮਣੇ ਲੈਣਾ ਚਾਹੁੰਦਾ ਸੀ आस्करांगा ਤੁਹਾਨੂੰ ਠੀਕ ਲੱਗੀ ਹੋਏਗੀ ਕਿਉਂਕਿ ਇਸੇ ਘਟਨਾਕਰਮ ਦੇ ਨਾਲ ਜੁੜੀਆਂ ਹੋਈਆਂ ਹੋਰ ਬਹੁਤ ਅਜਹੀਆਂ ਜਾਣਕਾਰੀਆਂ ਨੇ ਜੋ ਕਿ ਫਿਲਹਾਲ ਜਿਨ੍ਹਾਂ ਦੀ ਤਸਦੀਕ ਮੈਂ ਪਿਛਲੇ ਕਈ ਮਹੀਨਿਆਂ ਤੋਂ ਨਹੀਂ ਕਰ ਪਾਇਆ ਹਾਂ ਜਿਸ ਦੇ ਵਿੱਚ ਕਿ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜਿਆ ਹੋਇਆ ਇੱਕ ਬਹੁਤ ਵੱਡਾ ਸਟ੍ਰੈਂਡ ਹੈ ਜੋ ਕਿ ਇਸੇ ਗੱਲਬਾਤ ਤੋਂ ਵਿਕਾਸ ਸਿੰਘ ਤੇ ਇਸ ਮੋਡਿਊਲ ਤੇ ਇਹਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਹਰਵਿੰਦਰ ਰਿੰਦੇ ਦੇ ਨਾਲ ਉਹਨਾਂ ਦੀ ਇੱਕ ਆਪਸੀ ਸਾਂਝ ਬਣੀ ਹੋਈ ਸੀ ਉਸ ਦੇ ਨਾਲ ਜੁੜਦਾ ਬਟ ਕਿਉਂਕਿ ਮੇਰੇ ਕੋਲ ਕੋਈ ਪੁਖਤਾ ਉਸ ਚੀਜ਼ ਦਾ ਹਲਾਰ ਨਹੀਂ ਹੈ ਸੋ ਆਈ ਟੇਕ ਸਮ ਟਾਈਮ ਤੇ ਜਿਉ ਗੱਲਾਂ ਬਾਤਾਂ ਪ੍ਰਮਾਣਿਕ ਹੋ ਪਈਆਂ ਤਾਂ ਮੈਂ ਤੁਹਾਡੇ ਸਾਹਮਣੇ ਲੈ ਕੇ ਜ਼ਰੂਰ ਹਾਜ਼ਰ ਹੋਵਾਂਗਾ ਅੱਜ ਦੀ ਰਿਪੋਰਟ ਇੱਥੋਂ ਤੱਕ ਕਿਸੇ ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ ਇੱਕ ਹੋਰ ਰਿਪੋਰਟ ਲਾ ਕੇ 체ਤੀ ਹੁੰਦੀ ਹੈ ਮੁਲਾਕਾਤ